ਨਮਸਤੇ ਤੇ ਸਤਿ ਸ਼੍ਰੀ ਅਕਾਲ। ਲਓ ਜੀ ਹਾਜ਼ਰ ਆ ਲੈ ਕੇ ਪੂਰੇ ਐਂਟਰਟੇਨਮੈਂਟ ਦਾ ਧਮਾਲ ਤੇ ਤੁਹਾਡਾ ਆਪਣਾ ਫੇਵਰਿਟ ਸ਼ੋਅ ਜਿਹਦਾ ਨਾਮ ਹੈ ਜੀ ਜਨਾਬ। ਜੀ ਜਨਾਬ ਤੇ ਜੀ ਜਨਾਬ, ਕੀ ਹਾਲ ਚਾਲ ਹੈ ਜੀ? ਸਭ ਠੀਕ ਠਾਕ ਹੈ? ਵਧੀਆ ਸਰ, ਤੁਸੀਂ ਸੁਣਾਓ, ਘਰ ਠੀਕ ਨੇ? ਹਾਂਜੀ, ਮੈਂ ਉੱਧਰ ਤਾਰੁਫ ਹੋ ਰਿਹਾ ਸੀ, ਮੇਰਾ ਉੱਧਰ ਮੈਂ ਗੁਫ਼ਤਗੂ ਕਰ ਰਿਹਾ ਸੀ, ਤੈਨੂੰ ਇਹ ਨਹੀਂ ਸਮਝ ਆਈ, ਤੂੰ ਆਪਣਾ ਹੀ ਹਾਲ ਚਾਲ ਦੱਸਣ ਲੱਗ ਪਈ। ਠੀਕ ਹੈ ਸੋਰੀ, ਤੁਹਾਡਾ ਇਹ ਵੀ ਪਤਾ ਹਾਲ ਕਿੱਦਾਂ ਦਾ, ਕਿਚਨ ਕਿੱਦਾਂ ਦੀ ਹੈ, ਬਰਾਂਡਾ ਕਿੱਦਾਂ ਦਾ? ਸਰ ਕੋਈ ਗੱਲ ਨਹੀਂ, ਸੋਰੀ, ਤੁਸੀਂ ਉੱਧਰ ਤਾਰਫੂਫ ਹੋ ਜਾਓ। ਸ਼ਰਮਿੰਦੀ ਬੱਕਰੀ ਵਰਗਾ ਮੂੰਹ ਹੈ ਤੇਰਾ, ਤੈਨੂੰ ਪਤਾ? ਸਰ ਸ਼ਰਮਿੰਦਾ ਤੇ ਹੋ ਗਈ ਹੈ ਨਾ, ਹਰ ਵਾਰ ਤੂੰ ਮਤਲਬ ਅਜੀਬ ਗੱਲ ਕਰਨੀ ਹੁੰਦੀ ਹੈ ਸਟਾਰਟ, ਜਦੋਂ ਮੈਂ ਮਤਲਬ ਪ੍ਰੋਗਰਾਮ ਸ਼ੁਰੂ ਕਰਾਂ ਨਾ ਤੇ ਤੇਰੀ ਖੱਪ ਖੱਪ ਸ਼ੁਰੂ ਹੋ ਜਾਂਦੀ। ਸਰ ਉਹ ਜਿਹੜੀ ਅਜੀਬ ਆ ਉਹ ਗੱਲ ਆ। ਕੀ ਅਜੀਬ ਗੱਲ ਹੈ ਸਰ? ਜਿਹੜੀ ਅਜੀਬ ਹੁੰਦੀ, ਮਤਲਬ ਅਜੀਬ ਕੀ? ਤੁਸੀਂ ਕਹਿਣਾ ਜਿਹੜੀ ਮਤਲਬ ਗੱਲ ਕਰਦੀ ਮੈਂ ਅਜੀਬ ਹੁੰਦੀ ਆ। ਹਾਂ ਤੇ ਹਰ ਗੱਲ ਅਜੀਬ ਹੀ ਕਰਨੀ ਹੈ ਤੂੰ। ਸਰ ਫਿਰ ਅਜੀਬੋ ਗਰੀਬ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ ਨਾ ਕੁਝ ਦੁਨੀਆ ਦੇ ਵਿੱਚ। ਤੈਨੂੰ ਦੇਖ ਕੇ ਲੱਗਦਾ ਨਹੀਂ ਕਿ ਇਹ ਹਜੇ ਘੱਟ ਨੇ? ਸਰ ਘੱਟ ਮੇਰੇ ਵਰਗੇ ਸਰ ਚੀਜ਼ ਦੁਨੀਆ ਦੇ ਚੋਣੇ ਨਹੀਂ। ਟੌਰਚ ਲੈ ਕੇ ਨਾ ਸਰ ਮੋਬਾਈਲ ਦਾ, ਉਹ ਵੀ ਤੁਸੀਂ ਏਦਾਂ ਕਰਕੇ ਮਤਲਬ ਜਲਾ ਕੇ ਲੱਭੋਗੇ ਨਾ, ਫਿਰ ਵੀ ਨਹੀਂ ਲੱਭੋਗੇ ਤੁਹਾਨੂੰ। ਨਵੀਂ ਗੱਲ ਇਹੀ ਹੈ ਨਾ ਫਿਰ, ਇਹੋ ਜਿਹੀ ਤਾਂ ਫਿਰ ਸਾਡੇ ਕੋਲ ਇੱਥੇ ਇਹੀ ਥਾਣੇ 'ਚ ਪਾਏ ਜਾਏਗੀ, ਹੋਰ ਕਿਤੇ ਵੀ ਨਹੀਂ ਲੱਭੇਗੀ ਇੱਦਾਂ ਦੀ ਕੋਈ। ਹਾਂਜੀ ਸਰ, ਉਹ ਤਾਂ ਹੈ ਸਰ। ਬੋਲੀ ਸੁਣਾਓ ਫਿਰ। ਨਹੀਂ ਬੋਲ, ਜੈ ਹਿੰਦ ਨਾ ਕਰੀ, ਬੋਲੀ ਸੁਣਾ ਲਾ ਪਹਿਲਾਂ। ਜੈ ਹਿੰਦ ਤੇ ਤੇਰੇ ਦਿਮਾਗ 'ਚ ਨਹੀਂ ਹੋਣਾ ਕੀ ਕਰਨਾ ਵੀ ਹੁੰਦਾ। ਬਾਰੀ ਬਰਸੀ ਕੱਟਣ ਗਈ ਸੀ, ਬਾਰੀ ਬਰਸੀ ਕੱਟਣ ਗਈ ਸੀ, ਕੱਟ ਕੇ ਲਿਆਂਦਾ ਥਿੰਦ, ਜੈ ਹਿੰਦ। ਲਓ ਜੀ, ਦੋਨੋਂ ਕੰਮ ਕਰ ਗਈ ਨਾ, ਬੋਲੀ ਵੀ ਪਾ ਗਈ ਤੇ ਜੈ ਹਿੰਦ ਵੀ ਕਹਿ ਗਈ। ਹੁਣ ਇਹ ਕਿਉਂ ਵਾਏ? ਆਓ ਗਿੱਧਾ ਪਾ ਲਈਏ, ਆਓ ਗਿੱਧਾ ਪਾ ਲਈਏ, ਆਓ ਕਮੇਟੀ ਪਾ ਲਈਏ। ਸਿਰ ਕਮੇਟੀ 'ਚ ਕੁਝ ਬਚਦਾ ਨਹੀਂ। ਕਮੇਟੀ ਪਾ ਲਈਏ, ਗਿੱਧਾ ਕਾਹਦਾ ਪਾਣਾ? ਸਿਰ ਕਮੇਟੀ 'ਚ ਕੁਝ ਬਚਦਾ ਨਹੀਂ, ਗਿੱਧੇ 'ਚ। ਗਿੱਧੇ 'ਚ ਕੀ ਬਚਣਾ ਤੈਨੂੰ? ਸਟੈਪ ਬਚੇ। ਛੱਜ ਸਟੈਪ ਜਿਹੜਾ ਤੋੜਿਆ ਹੁੰਦਾ। ਸਿਰ ਗਿੱਧੇ 'ਚ ਸਾਰੇ ਸਟੈਪ ਨਹੀਂ ਹੁੰਦੇ, ਸਟੈਪ ਬਚੇ ਜਾਂਦੇ ਥੋੜੇ ਜਿਹੇ। ਮੇਰਾ ਦਿਲ ਕਰਦਾ ਤੂੰ ਨਾ ਉਹ ਹਲਵਾਈ ਕੋ ਵੱਡੀ ਪਰਾਤ ਨਹੀਂ ਹੁੰਦੀ ਜਿਹੜੀ ਹੁੰਦੀ ਸਰ, ਉਹ ਦੰਦਾਂ 'ਚ ਫਸਾ ਕੇ ਗਿੱਧਾ ਪਾ ਜਾਂਦੇ। ਮੈਂ ਫਿਰ ਮੰਨਾਂ ਤੈਨੂੰ ਕਿ ਵਾਕਈ ਤੂੰ ਗਿੱਧਿਆਂ ਦੀ ਰਾਣੀ। ਸਿਰ ਮੈਂ ਦੰਦਾਂ 'ਚ ਫਸਾ ਕੇ ਨੱਚੂੰਗੀ? ਤੁਸੀਂ ਉਹ ਨੁੱਕਰ ਨੁੱਕਰ 'ਤੇ ਨੱਚੂਗੇ ਸਰ? ਇੱਦਾਂ ਨੁੱਕਰ, ਕਿਹੜੀ ਨੁੱਕਰ? ਉਹਦੀ ਨੁੱਕਰ ਜਿਹੜੀ ਹੁੰਦੀ ਪਰਾਤ ਦੀ ਸਰ। ਭੰਗੜੇ 'ਚ ਇੱਕ ਇੰਸਟਰੂਮੈਂਟ ਹੁੰਦਾ ਬੁਕਚੂ, ਉਹੜਾ ਇੱਦਾਂ ਚੱਲਦਾ, ਉਹਦੇ ਵਰਗਾ ਮੂੰਹ ਆ ਪੁੱਤਰ ਤੇਰਾ, ਸਮਝ ਆਈ ਤੈਨੂੰ? ਆਈ ਸਰ, ਕਿੱਦਾਂ ਚੱਲਦਾ ਹੁੰਦਾ? ਮੈਨੂੰ ਹੁਣ ਆਉਂਦਾ ਨਹੀਂ, ਮੇਰੀ ਥੋੜ੍ਹੀ ਜਿਹੀ ਆਵਾਜ਼ ਉੱਦਾਂ ਦੀ ਨਹੀਂ ਨਿਕਲਦੀ। ਤੂੰ ਦੱਸ, ਤੈਨੂੰ ਤਾਂ ਪਤਾ, ਤੂੰ ਤਾਂ ਬਥੇਰੀਆਂ ਆਵਾਜ਼ਾਂ ਕੱਢ ਲੈਂਦੀ। ਹਾਂਜੀ ਸਰ, ਸਰ ਉਹ ਜਿਹੜਾ ਏਦਾਂ ਕੱਚ 'ਚ ਵਜਾ ਕੇ ਵਜਾਈਦਾ ਹੁੰਦਾ। ਹਾਂਜੀ ਹਾਂਜੀ, ਕੱਚ 'ਚ ਵਜਾ ਗਿਆ ਸੀ ਨਾ। ਆਹ ਦੇਖੋ, ਮਤਲਬ ਹਰ ਹਰ ਇੰਸਟਰੂਮੈਂਟ ਦੀ ਆਵਾਜ਼ ਕੱਢ ਲੈਂਦੀ, ਪਤਾ ਨਹੀਂ ਕੀ ਲੱਕੜਾਂ ਖਾ ਬੈਠੀ ਯਾਰ ਇਸ ਵੇਲੇ। ਸਰ ਲੱਕੜ ਦੀ ਥੋੜ੍ਹੀ ਹੁੰਦੀ ਆ ਸਰ, ਉਹ ਤਾਰ ਨਹੀਂ ਹੁੰਦੀ, ਉਹ ਸਿਰਫ ਫਸ ਉਹ ਜਿਹੜਾ ਕੱਚ 'ਚ ਦਿੰਦੇ ਆ ਉਹ ਤਾਂ ਲੱਕੜ ਦਾ ਹੀ ਹੁੰਦਾ ਨਹੀਂ? ਸਰ ਉਹਦੇ ਵੱਲ ਮੈਂ ਧਿਆਨ ਨਹੀਂ ਦਿੱਤਾ। ਸਰ ਤਾਰ ਨਹੀਂ ਹੁੰਦੀ, ਤਾਰ ਕਿਹੜੀ? ਸਰ ਗੁਪਚੂ ਨਹੀਂ ਵੱਜਦਾ ਤਾਰ ਬਿਨਾ। ਕੀ ਨਹੀਂ ਵੱਜਦਾ? ਓਹੀ ਸਰ, ਕੀ ਸੀ? ਗੁਪਚੂ, ਗੁਪਚੂ, ਗੁਪਚੂ ਨਹੀਂ ਵੱਜਦਾ ਤਾਰ ਬਿਨਾ। ਆਪਣੇ ਗਾਣੇ ਬਣਾਏ ਤੂੰ ਦੁਨੀਆ ਤੇ, ਤਾਰ ਤੇ ਸਰ ਉਹਦੇ ਵਿੱਚ ਵੀ ਲੱਗੀ ਹੁੰਦੀ ਹੈ ਨਾ। ਸਾਰਾ ਚੰਡੀਗੜ੍ਹ ਸੁਨਾ ਸੁਨਾ ਲੱਗਦਾ ਜਦੋਂ ਤੇਰਾ ਮੁੱਖ ਤੱਕਦਾ, ਤੇ ਨਾ ਤੱਕਦਾ। ਸਾਰਾ ਚੰਡੀਗੜ੍ਹ ਸੁਨਾ ਸੁਨਾ ਲੱਗਦਾ ਜਦੋਂ ਤੇਰਾ ਮੁੱਖ ਤੱਕਦਾ। ਹਾਂ, ਇਹੋ ਜਿਹੀ ਚੀਜ਼ ਹੈ ਨਾ, ਉਹ ਭੈੜੀ ਚੀਜ਼ ਹੈ ਜੀ। ਲਓ ਜੀ, ਆਂਦੇ ਸਵਾਗਤ ਕਰਤਾ ਤੇਰਾ ਜੀ। ਤੇ ਮੂੰਹ ਦੇ ਚੂਨਾ ਚੂਨਾ ਲੱਗਦਾ ਹਾਂ ਜਦੋਂ ਚੰਡੀਗੜ੍ਹ ਤੱਕਦੀ। ਕੀ ਹੋਇਆ ਇਹਦੇ ਮੂੰਹ ਦੇ? ਕਹਿੰਦੀ ਤੇਰਾ ਮੂੰਹ ਚੂਨੇ ਦੀ ਬੋਰੀ ਲੱਗਦਾ ਜਦੋਂ ਮੈਂ ਚੰਡੀਗੜ੍ਹ ਤੱਕਦੀ। ਕਿਹੜਾ ਚੂਨਾ ਹੈ? ਚੂਨਾ ਮਰ ਜਾਣਾ ਕਿਹੜਾ ਹੁੰਦਾ? ਤੈਨੂੰ ਚੂਨੇ ਦਾ ਨਹੀਂ ਪਤਾ? ਪਤਾ ਜੀ। ਕਲੀ ਨਹੀਂ ਕਰਾਈ ਕਦੀ? ਜੀ। ਕਲੀ ਦਾ ਬੁਰਸ਼ ਦੇਖਿਆ? ਕਈ ਪ੍ਰਕਾਰ ਦੇ ਹੁੰਦੇ। ਉਹ ਪੂਚੀ ਜਿਹੜੀ ਹੁੰਦੀ ਇੱਕ, ਅੱਜ ਕੱਲ ਉਹ ਦੂਜੇ ਆ ਗਏ ਜੀ। ਇਹ ਕਿਹੜੇ? ਰੋਲਰ ਵਾਲੀ। ਤੈਨੂੰ ਕਿੱਦਾਂ ਪਤਾ ਹੋਇਆ? ਆਗੇ ਮੈਂ ਦੇਖੇ। ਪਹਿਲੇ ਕਲੀਆਂ ਦਾ ਕੰਮ ਕਰਦਾ ਰਿਹਾ? ਇੱਕ ਦਿਹਾੜੀ ਲਾਈ ਸੀ। ਵਾਹ ਜੀ ਵਾਹ, ਦਿਹਾੜੀ ਲਾਈ ਸੀ, ਮੈਨੂੰ ਪਤਾ ਜਿੱਥੇ ਦਿਹਾੜੀ ਲਾਈ ਸੀ। ਬੜਾ ਕੁੱਟਿਆ ਅਗਲਿਆਂ ਨੇ, ਅਗਲਿਆਂ ਨੇ ਸਾਰੀ ਦੀਵਾਰ ਦਿੱਤੀ ਸੀ ਤੇ ਇੰਨੀ ਇੰਨੀ ਕਰ ਆਇਆ ਉੱਥੇ ਤੱਕ ਜਿੱਥੋਂ ਤੱਕ ਹੱਥ ਜਾਂਦਾ ਸੀ, ਉੱਥੋਂ ਮੁੜ ਕੇ ਆ ਗਿਆ। ਨਹੀਂ ਸਰ, ਤੁਹਾਨੂੰ ਸਰ ਤੁਸੀਂ ਆਪ ਸੱਚੀ ਸੱਚੀ ਦਿਲੋਂ ਸੋਚੋ। ਪਿਛਲੇ ਮੱਗ ਵਰਗਾ ਮੂੰਹ ਆ ਤੇਰਾ, ਕਈ ਵਾਰੀ ਮੱਗ ਪਿਘਲ ਨਹੀਂ ਜਾਂਦਾ? ਸਰ ਤੁਸੀਂ ਆਪ ਸੱਚੀ ਦਿਲੋਂ ਸੋਚੋ, ਤੁਸੀਂ ਹੈਗੇ ਸੋਹਣੇ ਸਰ। ਇਹ ਕੀ ਮਤਲਬ? ਮੈਨੂੰ ਐਡਾ ਵੀ ਸੱਚੇ ਦਿਲੋਂ ਸੋਚਣ ਦੀ ਕੀ ਲੋੜ ਹੈ? ਮੈਨੂੰ ਪਤਾ ਮੈਂ ਵੈਰੀ ਹੈਂਡਸਮ, ਆਮ ਗੱਭਰੂ ਜਵਾਨ ਜੀ। ਨਹੀਂ ਸਰ, ਤੁਸੀਂ ਹਜੇ ਵੀ ਤੁਸੀਂ ਸੱਚੀ ਦੱਸੋ ਸਰ। ਇਹ ਬਾਰ ਬਾਰ ਪੁੱਛ ਕੇ ਤੈਨੂੰ ਪੁੱਤਰ, ਮੇਰੀ ਤੇਰੇ ਵਰਗੀ ਸ਼ਕਲ ਨਹੀਂ ਕਿ ਮੈਨੂੰ ਇੰਨੀ ਵਾਰੀ ਸੋਚਣਾ ਵੀ ਪਵੇ? ਮੈਂ ਵੀ ਹੈਂਡਸਮ ਪਰ ਗੱਭਰੂ ਜਵਾਨ ਨਹੀਂ। ਹੈਂਡਸਮ ਨਹੀਂ ਪੁੱਤਰ ਤੂੰ। ਹੌਲੀ ਹੌਲੀ ਦੀ ਦੇ ਵਿੱਚ ਨੋਚ ਪੋਟ ਲੋ, ਹੌਲੀ ਹੌਲੀ ਦੀ ਦੇ ਵਿੱਚ ਨੋਚ ਪੋਟ ਲੋ, ਲੋਕ ਨਾ ਲੋਕ ਨਾ ਲੋਕ ਨਾ ਮਰੋ ਖਾਈ ਲੈ। ਇਹ ਕੌਣ ਦਾੜੀ ਵਾਲੀ ਨਰਸ?
हेलो सिस्टर सर ब्रदर हां जी मैडम कौन सर कौन हो तुसी आप टीका लगाती हैं तुम टीका लगाती नहीं मैं तो नहीं टीका लगाती असी सीधा पटा भराती मैं नर्स नहीं होती कौन होती आप हम जिम्मेदार शेख होती जिम्मेदार शेख जी दुबई में भी जिम्मेदार होती जिम्मेदार शेख होते दुबई से आती मैं दुबई से वाह वाह दुबई से आती हां दुबई तो आती सर जिमीदार शेख की मतलब जमींदार शेख बना के बेच दे बहुत अच्छी नवी गल कर दे तू कोई अगे शेख देखो नु खुरक पई हो तो लगा सिर फुकन सो अब क्या नाम होती है आपका तू इधर आ जाओ तू कहते मेरे पीछे आ गया डर लगदा ही हैं एदे तो डर लगदा ही तो जेड़ा सानू तेरे कोलो लगदा नहीं उल्की करदा है मुंडा डर गए आ तो ने तेरे उते थोड़ी कर देनी है पूछ के करेगा अच्छा अपना की नाम सी सर तोड़ा मेरा नाम पिंदा अरबिक होती पिंदा अरबिक जी एक की मतलब पिंदा अरब तुसी शेख हो के की हो पिछो पंजाब से होती ते अगो अगो अरबिक लो जी पंजाब ते अरबिक दा सुमेल देखो तुसी अरबिक अरबिक आ अरबिक अरबी खादी कदी हैं अरबिक अरबी ते बड़ी खादी है जी तुसी खादी हम खाती अजदे छेलो ते इदा दा मुंह निकल आंदा विचो ते जदों खराब होए ना उल्ली ला जी एहो ही ते हो जांदा ई ते पुत्तर जदों बच जवे गुस जवे उदों तेरे अरगा हो जांदा अरबी नु छड्डो सर खराब अदरक अरगा मुंह आदा सर लो जी ये हमारी इधर मतलब मुलाजम होती कांस्टेबल होती होती यहां पे ये टेबल हटाती हम यहां पे ऊंट लाती हां ऊंट पे ऊपर कपड़ा पाती उसको टेबल बनाती और जब टेबल को साइड करती ऊंट के कान में कहती थोड़ा साइड हो हम यहाँ पे सूतना पाती तुम यहाँ पे उठ पाती की हम यहाँ सूतना पाती तुम यहाँ उठ पाती लो जी वो तुम्हारी प्रॉब्लम सूतना पाती उठना पाती क्या ओ शेख साहब इधर लैंड की आए हो हम यहाँ पे अपना ऊंट के लिए घास बीजना चाहती यहाँ यहाँ टेबल पे ना टेबल पे नहीं मजाकपुर में अच्छा एरिया में जा तो परमिशन लेने आती हाँ जी नहीं इसकी कोई परमिशन नहीं देनी हमने तुमने कहा जमीन खरीदी हुई है यहाँ पे हमने 20 लाख रुपया दिया है किसको वो आपके क्या नाम है सरपंच बोलती उसको सरपंच का नाम बताती है जरा मिंदर सिंह अच्छा अच्छा ओके मिंदर सिंह होती तू बड़ा ओके ओके करता तू की नाल देते है पैसे भाई सर कोई तो होती मिंदर सिंह कैसे होती मिंदर सिंह तो सरपंच ही छोड़ देती होती पहले ही हाँ। ऐसे कैसे छोड़ देती हम 20 लाख दिया तब छोड़ दी वाह शक्ल तुम्हारी ऐसा लगती है जैसे तुम्हारे पास 20 रुपए नहीं होने हमारे पास गोल्ड के सिक्के हैं हैं गोल्ड के सिक्के हैं किधर ऊंट के किधर ऊंट के पीसे हैं किया तो ऐसे ही ऐसे ऐसे ये ओ, मतलब। ओ निके ऊंट ए इदा करके इकट्ठे कर दे पहला शेख साहब मेरी गल सुनो हुण तुसी ना जदों जाना ना वापस एक काम करियो जरूर दुबई जाओगे ना एनू ले जाओ ठीक है ए इधर इथे इंडिया च कोई काम नहीं मैं उथे ओ देखना बुर्ज हैं बुर्ज खलीफा ओ पुत्र पांच उल्ट वाजियां लग जानी है तेरी जे तू बुर्ज खलीफा देखन लगा एडा ऊंचा ओ ता ही देखना ही मैं इसकी तौन को बल आती हैं बुर्ज खलीफा देख के तौन को बल आती तो आपको केड़ी आपको अकल नहीं आती आती अजीबो गरीब बंदे मतलब शेख बड़े महान होती हाँ। महान कैसे होती जरा बताती हम धन दौलत बड़ा होती हैं धन दौलत बड़ा होती कहाँ से खोई होती है धन दौलत होती बड़ी हमारे उधर के मतलब मिलों में से तेल निकलती सोना निकलती और चांदी निकलती अच्छा तुम्हारे उधर तेल का कुआं भी होती हाँ कुआं वहीं से मुंह धोती लगता मेरे को आप सारा तेल चढ़ जाती मुंह के ऊपर आप मेरी शक्ल पे मत जाती क्यों मैं तुम्हारे घर पे भी जाती आप हमारे आपका वीजा लगती मैं जाती होते मेरा साला रहती साला क्या नाम होती उसका साला मेरे को कहती कि जीजा इधर आती तो मैं कहा जे तुम्हारी बहन आती तो फिर मैं नाल ही आती सुनो ये छोटी जी ब्रेक तो बाद फिर तो दोबारा स्वागत है तोड़ा सारा ना तोड़े अपने फेवरेट शो दे जिदा नाम है जी जनाब ते जी जनाब सो शेख साहब तन फिर बाद च गल करदे जरा साडे कॉलर आए उना ना गल करदे हेलो की करती हेलो सत श्री अकाल जी सत श्री अकाल कौन साहब मैं सिमरजीत बोल रहा हूँ इस टोक तो वाह जी सिमरजीत जी की हाल चाल
ਬਿਲਕੁਲ ਬਹੁਤ ਵਧੀਆ ਜੀ, ਠੀਕ ਠਾਕ ਆ। ਬੜੀ ਦੇਰ ਆਪ ਕਿੱਥੇ ਰਹੇ ਤੁਸੀਂ? ਮੈਂ ਥੋੜਾ ਜਿਹਾ, ਮੇਰੀ ਡਿਊਟੀ ਚੇਂਜ ਹੋ ਗਈ ਸੀ, ਮੈਂ ਡਿਊਟੀ ਮੇਰੀ ਕਿਤੇ ਹੋਰ ਸ਼ਿਫਟਿੰਗ ਕਰਤੀ ਸੀ ਥੋੜੇ ਦਿਨਾਂ ਲਈ, ਉਧਰ ਚਲਾ ਗਿਆ ਸੀ ਮੈਂ। ਕਿਤੇ ਇਲੈਕਸ਼ਨ ਤੇ ਨਹੀਂ ਲੱਗੀ ਸੀ ਡਿਊਟੀ ਤੁਹਾਡੀ? ਨਹੀਂ 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 ਨਹੀਂ, ਇਲੈਕਸ਼ਨਾਂ 'ਚ ਨਹੀਂ ਲੱਗਦੀ, ਉਹ 'ਚ ਮੈਨੂੰ ਡਾਂਗਾ ਬਹੁਤ ਪੈਂਦੀਆਂ, ਮੈਂ ਫਿਰ ਪਿੱਛੇ ਰਹਿੰਦਾ ਥੋੜਾ। ਇਲੈਕਸ਼ਨ ਦੇ ਐਕਟ 'ਚ ਪਤਾ ਨਹੀਂ ਲੱਗਦੀ ਕਿ ਆਉਣ ਕਿੱਧਰੋਂ ਡਈ ਆ, ਨਹੀਂ ਤਾਂ ਬੰਦੇ ਨੂੰ ਥੋੜਾ ਧਿਆਨ ਹੁੰਦਾ ਨਾ ਕਿ ਕਿੱਧਰੋਂ ਆਉਣ ਦੀ ਬਚਾ, ਉਹ 'ਚ ਪਤਾ ਨਹੀਂ ਲੱਗਦਾ ਰੋੜਾ ਕਿਹੜਾ ਦੱਸ ਕੇ ਆਉਂਦਾ ਕਿ ਮੈਂ ਲੱਗਾ ਹੀ ਆਉਣ। ਪਾਸੇ ਨੀ, ਮੈਂ ਤੈਨੂੰ ਸਗੋਂ ਹੁਣ ਦੁਬਈ ਸ਼ਿਫਟ ਕਰਾਉਣ ਦੀ ਸੋਚ ਰਹੇ। ਮੈਂ ਸ਼ੇਖ ਸਾਹਿਬ ਆਏ ਸੀਗੇ, ਇਹ ਸ਼ੇਖ ਸਾਹਿਬ ਦੇਖੋ ਤੁਸੀਂ ਕਿੰਨੇ ਵਧੀਆ ਨੇ, ਇਹ ਹੁਣ ਸ਼ੇਖ ਸਾਹਿਬ ਨੇ ਸ਼ਾਮ ਨੂੰ ਇਹਨਾਂ ਨੇ ਸੰਘਾੜੇ ਦੀ ਰੇੜੀ ਵੀ ਲਾਉਣੀ ਹੈ। ਉਧਰ ਦੁਬਈ ਮੈਂ ਆਤੀ ਅੱਛਾ ਕੰਮ ਚਲਾਤੀ, ਹਮ ਸਭ ਸਪੋਰਟ ਕਰਤੀ। ਪਹਿਲੇ ਤੁਮ ਜਿਹੜਾ ਰਿਕਸ਼ਾ ਚਲਾਤੀ ਉਹ ਬਤਾਤੀ, ਮਿਹਨਤ ਕਾ ਕਾਮ ਹੋਤੀ, ਪੈਸਾ ਉਸਮੇ ਵੀ ਬਨਤੀ। ਟੁੱਟੀ ਗਰਾਰੀਅਰ ਕਾ ਤੇਰਾ ਮੂੰਹ ਹੈ, ਇਸਕਾ ਕੋਈ ਬਾਤ ਨਹੀਂ, ਹਮ ਫਿਰ ਵੀ ਰਖਤੀ। ਵਾਹ, ਤੈਨੂੰ ਮੈਂ ਕਰਦਾ ਤੇਰੇ ਨਾਲ ਗੱਲ, ਠਹਿਰ ਜਾ, ਤੇਰੀ ਤੇ ਰਿਪੋਰਟ ਆਈ ਹੈ ਸਾਡੇ ਕੋਲ। ਸੋ ਹੋਰ ਸਿਮਰਜੀਤ ਜੀ ਤੁਸੀਂ ਸੁਣਾਓ। ਦੁਸ਼ਮਣੀ ਪੈ ਜਾਂਦੀ ਆ ਤੇ ਬੰਦਾ ਕਹਿੰਦਾ ਮੈਂ ਅੱਜ ਤੋਂ ਬਾਅਦ ਇਹਦੇ ਕੋਲ ਬਦਲਾ ਲੈਣ ਵਾਸਤੇ ਸਿਰ ਤੇ ਕਫਨ ਬੰਨ ਲੈਣਾ, ਉਹੀ ਕੀਤਾ ਇਹਨੇ। ਉਹ ਹਮ ਮੂਵੀ ਦੇਖਤੀ, ਬਹੁਤ ਵਧੀਆ ਲੱਗਾ ਜੀ, ਬਹੁਤ ਵਧੀਆ ਲੱਗਿਆ, ਬਹੁਤ ਬਹੁਤ ਸ਼ੁਕਰੀਆ ਜੀ, ਬਸ ਸਿਮਰਜੀਤ ਜੀ ਸਤਿ ਸ੍ਰੀ ਅਕਾਲ ਜੀ। ਜੀ ਬਹੁਤ ਵਧੀਆ, ਤੁਸੀਂ ਸੁਣਾਓ ਜੀ। ਇਹਦੇ ਕੋਲ ਤੁਸੀਂ ਹਾਲ ਕਿਉਂ ਪੁੱਛਦੇ ਹੋ, ਤੁਹਾਨੂੰ ਨੀ ਪਤਾ ਕਿ ਇਹਨੂੰ ਖੁਰਕ ਪਈ ਹੈ, ਸਾਰਾ ਦਿਨ ਤੇ ਖੁਰਕ ਦੇ, ਤੁਸੀਂ ਇੰਨਾ ਪਿਆਰ ਕਰਦੇ ਹੋ ਸਾਰੇ ਜਣੇ ਇਹਨੂੰ, ਤੇ ਘੱਟੋ ਘੱਟ ਕੋਈ ਖੁਰਕ ਦੀ ਦਵਾਈ ਭੇਜ ਦਿਓ ਇਹਨੂੰ ਕੋਈ ਚੰਗੀ। ਯਾਦ ਕਰ ਲਿਓ ਜੀ ਨਾਮ, ਇਹ ਦੇਸੀ ਸਾਬਣ ਵਰਤ ਲੈਂਦਾ ਕੱਪੜੇ ਧੋਣ ਵਾਲਾ, ਉਹਦੇ ਨਾਲ ਖੁਰਕ ਪਈ ਰਹਿੰਦੀ ਇਹਨੂੰ। ਦਿਲ ਤੋੜ ਕੇ ਕਹਿਨੀ ਖਤ ਮੇਰੇ ਦੇ ਜਾਮੀ, ਮੁਖ ਮੋੜ ਕੇ ਕਹਿਨੀ ਗੱਲ ਦਿਲ ਤੇ ਨਾ ਲਾਵੀ, ਲੱਤ ਤੋੜ ਕੇ ਕਹਿਨੀ ਏ ਊਠ ਸਾਡਾ ਦੇ ਜਾਵੀ, ਲੱਤ ਤੋੜ ਕੇ ਕਹਿਨੀ ਏ ਦਵਾਈ ਮੇਰੀ ਦੇ ਜਾਵੀ। ਫਿਰ ਸ਼ੇਖ ਸਾਹਿਬ ਹੁਣ ਦੱਸੋ ਫਿਰ ਕੀ ਕਰੀਏ ਤੁਹਾਡਾ? ਦੇਖੋ ਜੀ ਮੈਂ ਗਰੀਬ ਬੰਦਾ ਜੀ, ਮੈਂ ਕੀ ਕਰ ਸਕਦਾ? ਗਰੀਬ ਬੰਦੇ ਨੂੰ ਕੀ ਮਤਲਬ, ਤੂੰ ਚੋਰੀ ਕਰੇਂਗਾ ਤੇ ਹਜੇ ਤੂੰ ਗਰੀਬ ਹੀ ਆ। ਦੇਖੋ ਜੀ ਦੁਬਈ ਤੋਂ ਲਿਆ ਲਿਆ ਊਂਠ ਤੂੰ ਵੇਚਣ ਦੇ ਆ ਤੇ ਅਜੇ ਤੂੰ ਗਰੀਬ ਆ। ਦੇਖੋ ਜੀ ਮੈਂ ਕਿਸੇ ਦੀ ਚੱਕ ਚ ਆ ਗਿਆ ਸੀਗਾ ਜੀ, ਹੈ ਚੀਜ਼ ਮੈਂ ਕਿਸੇ ਦੀ ਚੱਕ ਚ ਆ ਗਿਆ ਸੀਗਾ ਜੀ। ਵਾਹ ਵਾਹ, ਹੁਣ ਤੂੰ ਨੱਪ ਚ ਆਉਣਾ ਦੇਖੀ, ਹੈ ਕਿਹਦੇ ਜਾਣਾ ਨੱਪ ਚ ਆਉਣਾ ਸਰ ਹੁਣੇ ਨੇ? ਹਾਂਜੀ ਤੂੰ ਕੋ ਬੱਚਾ ਹੈ, ਕਿਸੇ ਦੀ ਚੱਕ ਚ ਆ ਗਿਆ, ਕਿਸੇ ਦੀਆਂ ਗੱਲਾਂ ਚ ਆ ਗਿਆ ਸੀ? ਬਸ ਜੀ ਇਨਸਾਨ ਤੋਂ ਗਲਤੀ ਹੋ ਹੀ ਜਾਂਦੀ ਹੈ ਜੀ। ਮੇਰੇ ਇਨਸਾਨ ਤੋਂ ਹੁੰਦੀ, ਮੈਂ ਤਾਂ ਹੀ ਤਾਂ ਰਾਣਾ, ਤੇਰੇ ਕੋ ਕਿੱਦਾਂ ਹੋਈ, ਤੂੰ ਤੇ ਭਾਲੂ ਹੈ। ਨਹੀਂ ਨਹੀਂ ਮੈਂ ਵੀ ਇਨਸਾਨ ਹੀ ਹਾਂ ਜੀ। ਤੁਹਾਨੂੰ ਪਸੀਨਾ ਆਉਣ ਡਿਆ, ਲਾ ਦੋ ਉੱਤੋਂ ਜੀ। ਹਾਂ ਜੀ ਜੀ, ਨਾਲ ਏਦਾਂ ਲੱਗ ਰਿਹਾ ਨੂੰ ਦੇਖ ਕੇ ਜਿੱਦਾਂ ਸਰ ਦੁੱਧ 'ਚ ਰਸਗੁੱਲਾ ਸੁੱਟਾ ਹੁੰਦਾ ਕਾਲੇ ਰੰਗ ਦਾ। ਗੱਲ ਤੇ ਇਹ ਵੀ ਗੱਲ ਠੀਕ, ਕੀੜਾ ਕੂੜਾ ਤਾਂ ਚੱਲਣਾ ਸੀ। ਹੁਣ ਤੁਸੀਂ ਇਹ ਆਪਣਾ ਹੁਲੀਆ, ਸਾਨੂੰ ਅਸਲੀ ਹੁਲੀਆ 'ਚ ਆਣਾ ਕਿ ਨਹੀਂ ਆਣਾ? ਅਸੀਂ ਤੈਨੂੰ ਜਿਹੜਾ ਸ਼ੇਖ ਸਮਝੀ ਜਾਣ ਡੇ ਇੰਨੀ ਦੇਰ ਦਾ, ਮੈਂ ਪਾ ਕੇ ਦੇਖਾਂ ਸ਼ੇਖ ਬਣਦਾ ਕਿ ਨਹੀਂ। ਅੱਲਾ ਇਹਨੂੰ ਸਾਡੇ ਨਿੱਕੇ ਸ਼ੇਖ ਬਣਾ ਇਹਨੂੰ ਜਰਾ, ਛੋਟਾ ਗਲਾਸ ਸਮਾਲ ਗਲਾਸ ਸ਼ੇਖ ਦਾ ਬਣਾਓ। ਹਾਂ ਲਿਆਓ ਲਿਆਓ, ਲਓ ਜੀ ਆ ਹੀ ਢਿੱਲੋ ਸਾਹਿਬ ਵਿੱਚੋਂ ਨਿਕਲੇ। ਓ ਹੋ 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 ਹੋ, ਵਾਹ ਜੀ ਵਾਹ, ਵਾਹ ਜੀ ਵਾਹ। ਤੁਸੀਂ ਹਲਾ ਬਿਜੂ ਜੂਜਾ ਹੈ ਉਹ ਕੀ ਕਿਦਾ ਕਹਿੰਦਾ ਸੂਪ ਲਿਆਓ? ਨਹੀਂ ਉਹ ਜੀਜਾ ਕਹਿ ਰਿਹਾ, ਕੀ ਕਹਿ ਰਿਹਾ? ਓਏ ਇਹ ਕੀ ਕਰ ਲਿਆ ਤੂੰ ਇਹੋ ਜਿਹੇ, ਨਾ ਜਦੋਂ ਛਿੰਝਾਂ ਨਹੀਂ ਹੁੰਦੀਆਂ ਪਿੰਡ 'ਚ, ਘੋਲ ਹੁੰਦੇ ਆ ਕੁਸ਼ਤੀਆਂ। ਹਾਂਜੀ ਸਰ, ਇਹੋ ਜਿਹੇ ਗੋਲ ਗੋਲ ਐਵੇਂ ਫਿਰਨ ਡੇ ਹੁੰਦੇ ਆ ਉਹਦੇ ਆਲੇ ਦੁਆਲੇ ਅਖਾੜੇ ਦੇ। ਹਾਂਜੀ ਸਰ,
ਬਰਫੀ ਲੈਣ ਬਰਫੀ ਦੇਣ ਦੇ ਹੁੰਦੇ ਸਾਰਿਆਂ ਨੂੰ ਮੇਰੇ ਰੂਪ ਦੇ ਆ ਮੁੰਡਿਆਂ ਚ ਚਰਚੇ ਜਿਵੇਂ ਹੁੰਦੇ ਆ ਦੁਬਈ ਵਾਲੇ ਸ਼ੇਕ ਦੇ ਉਹ ਪੁੱਤਰ ਮੈਂ ਤੇਰੇ ਤੇ ਸ਼ੇਕ ਕਰ ਦਿੰਦੇ ਆ ਓਏ ਐਸਾ ਤੂੰ ਸ਼ੇਕ ਬਣਿਆ ਟੱਪ ਜਾਂਗੇ ਚੀਨੇ ਵਾਲੀ ਕੰਧ ਸੋਣੀਏ ਪਰਖੀ ਨਾ ਹੌਸਲੇ ਬੁਲੰਦ ਸੋਣੀਏ ਤੇ ਬਾਹਰ ਗੇੜਾ ਕੱਢ ਕੇ ਪੈਕ ਇਕੱਠੇ ਕਰਕੇ ਲੈ ਗਿਆ ਸੱਚੀ ਦੱਸ ਕੰਧ ਟੱਪ ਲੇਗਾ ਤੂੰ ਕੰਧ ਟੱਪ ਲੇਗਾ ਤੂੰ ਛੋਟੀ ਮੋਟੀ ਟੱਪ ਲਾ ਗਈ ਪੁੱਤਰ ਦੋ ਲੱਗੇ ਹੋਣ ਨਾ ਦੋ ਸਿਰਫ ਇੱਟਾਂ ਦੇ ਉਹ ਰਦੇ ਤੇ ਉਹਨੂੰ ਇਹ ਨਹੀਂ ਸੋਚੀਦਾ ਕਿ ਕੰਧ ਹੈ ਕੰਧ ਟੱਪ ਲੈਣਾ ਤੂੰ ਮੈਨੂੰ ਲੱਗਦਾ ਇਹਨੇ ਦੋ ਇੱਟਾਂ ਤੇ ਚੀਨ ਲੈ ਕੇ ਕੰਧ ਟੱਪਣੀ ਜੀ ਤੈਨੂੰ ਤੈਨੂੰ ਬੋਲਣ ਲਈ ਕਿਹਾ ਵਿੱਚ ਬੋਲਣ ਲਈ ਕਿਹੜਾ ਕੰਮ ਕਰੇਗਾ ਤੂੰ ਉੱਥੇ ਦੁਬਈ ਪਹਿਲਾਂ ਤੇ ਆਪਣਾ ਬੁਰਜ ਖਲੀਫਾ ਦੇਖੂਗਾ ਜੀ ਇਹਨੇ ਬੁਰਜ ਖਲੀਫਾ ਤੈਨੂੰ ਮੈਂ ਇੱਥੇ ਦਿਖਾ ਦਿੰਦਾ ਬੁਰਜ ਖਲੀਫਾ ਇੱਥੇ ਕਿੱਥੇ ਖਡਾਉਣੇ ਆਉਂਦੇ ਛੋਟੇ ਛੋਟੇ ਨਹੀਂ ਮੈਂ ਉੱਥੇ ਜਾ ਕੇ ਦੇਖਣਾ ਜੀ ਬੁਰਜ ਖਲੀਫਾ ਜੈਸਾ ਕੀ ਹੈ ਜਿਹੜਾ ਤੂੰ ਦੇਖਣਾ ਚਾਹੁੰਦਾ ਉਹ ਫੇਮਸ ਹੈ ਲੈ ਫੇਮਸ ਹੈ ਉਹਦੀਆਂ ਫੋਟੋਆਂ ਦੇਖ ਲੈ ਗੂਗਲ ਤੋਂ ਕੱਢ ਕੇ ਤੇ ਸਲਮਾਨ ਖਾਨ ਦੇਖ ਲਾ ਉਹ ਵੀ ਫੇਮਸ ਹੈਗਾ ਹਾਂ ਇਹ ਵੀ ਗੱਲ ਠੀਕ ਹੈ ਫੇਮਸ ਤਾਂ ਤੂੰ ਵੀ ਆ ਮੈਡਮ ਤੇ ਦੇਖ ਲੈ ਮਰਜ਼ੀ ਨਾਲ ਸੱਚ ਕਰ ਨਹੀਂ ਅੱਕ ਗਿਆ ਦੇਖ ਕੇ ਵਾਹ ਵਾਹ ਇਹਦੇ ਚੋਂ ਨਹੀਂ ਦਿਖਦਾ ਜੀ ਬੁਰਜ ਖਲੀਫਾ ਜੀ ਤੂੰ ਦੇਖ ਕੇ ਮੰਨਣਾ ਹੁਣ ਚਲੋ ਛੱਡੋ ਚਲੋ ਇਹਨੂੰ ਮੈਂ ਲੈ ਜਾਣਾ ਦੁਬਈ ਦਾ ਮੈਂ ਕਰ ਦਿੰਦਾ ਲਾ ਜੀ ਇਹਨੂੰ ਦਿਖਾਣਾ ਬੁਰਜ ਖਲੀਫਾ ਸੱਚੀ ਹਾਂ ਉਹ ਮੈਂ ਦਿਖਾ ਦੂੰਗਾ ਤੈਨੂੰ ਉਧਰ ਓ ਮੇਰੇ ਹੈਗਾ ਮਾਮੇ ਦਾ ਮੁੰਡਾ ਉਧਰ ਓ ਛੱਪੜ ਚ ਮੱਝਾਂ ਨਵਾਉਣ ਵਾਲਿਆ ਹਾਂਜੀ ਕਿਹੜਾ ਤੂੰ ਬੁਰਜ ਖਲੀਫਾ ਦਿਖਾਇਆ ਤੇਰਾ ਤਾਂ ਸਾਰਾ ਕੁਝ ਪਤਾ ਲੱਗ ਗਿਆ ਸਰ ਮੇਰੇ ਤੇ ਕੇਸ ਨਾ ਪਾਇਓ ਜੀ ਕੀ ਚਾਦਰ ਪਾ ਦੇ ਤੇਰੇ ਤੇ ਨਹੀਂ ਨਹੀਂ ਕੇਸ ਕੰਬਲ ਪਾ ਦੇ ਤੇਰੇ ਤੇ ਪਤਾ ਕੀ ਹੈ ਜੀ ਮੇਰੇ ਤੇ ਕੇਸ ਪੈ ਗਿਆ ਮੈਂ ਵਾਪਸ ਨਹੀਂ ਜਾ ਸਕਦਾ ਕਿੱਥੇ ਦੁਬਈ ਮੈਂ ਪੁੱਤਰ ਤੈਨੂੰ ਇੱਥੋਂ ਨਹੀਂ ਵਾਪਸ ਜਾਣ ਦੇਣਾ ਤੂੰ ਦੁਬਈ ਦੇ ਸੁਪਨੇ ਲੈਣ ਦੇ ਪਤਾ ਕੀ ਹੈ ਜੀ ਕੇਸ ਨਾ ਇੰਨਾ ਵੱਡਾ ਕ੍ਰਾਈਮ ਕਰਕੇ ਤੈਨੂੰ ਲੱਗਦਾ ਮੈਂ ਤੈਨੂੰ ਇੱਥੋਂ ਜਾਣ ਦੇਵਾਂਗਾ ਹਾਂ ਦੇਖੋ ਜੀ ਮੈਨੂੰ ਫੇਰ ਪੈਂਚਰ ਦੀ ਦੁਕਾਨ ਖੋਲਣੀ ਪੈਣੀ ਆ ਊਂਠਾਂ ਦੇ ਕਿਹੜੇ ਪੈਂਚਰ ਲੱਗਦੇ ਆ ਉਹ ਪੁੱਤਰ ਪਹਿਲੇ ਪੈਂਚਰਾਂ ਦਾ ਕੰਮ ਹੋਣਾ ਵਾ ਹਾਂਜੀ ਅੱਛਾ ਅੱਛਾ ਸਰ ਫੇਰ ਠੀਕ ਹੈ ਕਿਸੋਂ ਊਂਠਾਂ ਦੇ ਪੈਂਚਰ ਲੈਣਾ ਤੂੰ ਊਂਠਾਂ ਦੇ ਨਹੀਂ ਪੈਂਚਰ ਲੱਗਦੇ ਮੈਨੂੰ ਨਹੀਂ ਲੱਗਦੇ ਊਂਠਾਂ ਦੇ ਪਹਿਲਾਂ ਮੇਰੀ ਪੈਂਚਰ ਦੀ ਪਾਰਟੀ ਟਿਊਬਰ ਦਾ ਮੂੰਹ ਆ ਤੇਰਾ ਐਸਾ ਪੈਂਚਰ ਤੂੰ ਲਾਣ ਡਿਆ ਆ ਗਈ ਨਾ ਗਰਮੀ ਪੁੱਤਰ ਇੱਧਰ ਇੱਧਰ ਰੋਹ ਵੀ ਇੰਨਾ ਕਿ ਬੰਦੇ ਦੇ ਪਸੀਨੇ ਛੁੱਟ ਜਾਂਦੇ ਪਾਲੀ ਦਾ ਰੋਹ ਵੀ ਇੱਦਾਂ ਦਾ ਘਰ ਵਾਲੀ ਦੀ ਯਾਦ ਆ ਗਈ ਹੈ ਘਰ ਵਾਲੀ ਦੀ ਯਾਦ ਅੱਜ ਤਾਂ ਤੈਨੂੰ ਨਾਨੀ ਵੀ ਯਾਦ ਆਣੀ ਜਦੋਂ ਤੇਰੇ ਪਟਾ ਭਰਿਆ ਦੇਖੀ ਅੱਜ ਤਾਂ ਤੈਨੂੰ ਘਰ ਵਾਲੇ ਉਹ ਤੂੰ ਮਿਹਨਤ ਕਰਕੇ ਕਿਉਂ ਨਹੀਂ ਖਾਂਦਾ ਇਹ ਵੀ ਮੇਰੇ ਵਰਗਾ ਹੀ ਹੈ ਜੀ ਹੈ ਇਹ ਵੀ ਮੇਰੇ ਵਰਗਾ ਹੀ ਹੈ ਨਹੀਂ ਤੇਰੇ ਤੋਂ ਤੇ ਲੰਬਾ ਹੈ ਮਤਲਬ ਨਹੀਂ ਕੰਮ ਕਾਰ ਚ ਮੇਰੇ ਵਰਗਾ ਹੀ ਹੈ ਜੀ ਅੱਛਾ ਅੱਛਾ ਮੇਰੇ ਵਰਗਾ ਹੀ ਹੈ